सत श्री अकाल, मैं हाँ डॉक्टर जिंदर सिंह। एक बार फिर तो तुहाडे नाल मेरे पिछे जो तुसीं पानी दीआं तस्वीरां देख रहे हो, फिरोजपुर के पिंड चांदीपुर के होर वख-वख पिंडां तों सामने आ रही हैं, जिते कि सतलुज दरिया का पानी अज एक बार फिर तो ओवरफ्लो हो गया है। तुसीं पिछे देख सकते हो कि किन्नी तेजी दे नाल पानी ये पिंडां दे विच दाखल हो रहा है। फिरोजपुर के सतलुज दरिया के नेड़े जिहड़े पिंड हैं, बिल्कुल कंढे के उपर जिहड़े पिंड हैं, उन्हां दे विच एक बार फिर तो सतलुज दरिया वड्डी मार मार रहा है। तो कई पिंड इस वेले पानी चो डुब गए हैं। इन पिंडां दे विच 7 या 8 फुट तक पानी पहुँच चुका है, पर लोगों ने दोष लाया है कि प्रशासन वालों उन्हां दी कोई भी सार नहीं ली जा रही है। किसानों की कई हज़ार एकड़ फसल का तबाह हुई ही है, पर हुण सतलुज दरिया दे विच दोबारा तेजी नाल जो पानी का पद्धर वध्या, पानी हुण ओवरफ्लो हो के दरिया के नाल लगते पिंडां दे विच दाखल हो रहा है। तेजी दे नाल दाखल हो रहा है, तुसीं मेरे पिछे तस्वीरां च वी देख सकते हो। इस मौके पंजाब टुडे दी टीम दे नाल पीड़ित लोगों ने खुल के गलबात की है, तो सरकार ते उन्हां दी सार ना लैण दे वी दोष लगाए हैं। की माहौल की पानी का, ਕਿਵੇਂ ਹੁਣ ਪਾਣੀ ਕਿੰਨੇ ਕਿੰਨੇ ਫੁੱਟ ਆ ਗਿਆ? ਪਾਣੀ 6-7 ਫੁੱਟ ਇੱਥੇ, ਅਤੇ ਘਰਾਂ ਦੇ ਵਿੱਚ ਕਿੰਨਾ ਕਿੰਨਾ ਫੁੱਟ ਵੜ ਗਿਆ? 3-4 ਫੁੱਟ। ਅਤੇ ਜੇ ਪਾਣੀ ਦੇ ਬਾਰਿਸ਼ ਜਿਵੇਂ ਪੈ ਰਹੀ ਹੈ ਉੱਤੇ, ਅਤੇ ਜਿਵੇਂ ਆਹ ਸੜਕ 'ਤੇ ਤੁਸੀਂ ਤੁਰੇ ਆ ਰਹੇ ਜੇ, ਅਤੇ ਸੜਕ ਜਿਹੜੀ ਟੁੱਟ ਜਾਂਦੀ, ਜਿਹਦਾ ਫਿਰ ਕੋਈ ਹੋਰ ਰਾਹ ਹੈਗਾ ਇੱਥੋਂ? ਨਹੀਂ ਸਰ, ਹੋਰ ਨਹੀਂ ਰਾਹ। ਅਤੇ ਫਿਰ ਕੀ ਕਰੋਗੇ? ਡੁੱਬ ਜਾਂਗੇ। ਅੱਛਾ, ਉਧਰਲਾ ਪਾਸਾ ਸਾਰਾ ਡੁੱਬ ਜਾਏਗਾ ਜੇ ਸੜਕ ਟੁੱਟਦੀ ਤਾਂ? ਅਤੇ ਰਾਹ ਬੰਦ ਹੁੰਦੇ ਆਪਾਂ 'ਚ? ਖੜੇ ਜੇ ਪਾਣੀ ਦੇ ਵਿੱਚ, ਬਾਰਿਸ਼ ਦਾ ਪਾਣੀ ਕਿ ਦਰਿਆ ਦਾ ਪਾਣੀ ਆਇਆ? ਦਰਿਆ ਦਾ ਪਾਣੀ। ਕਿੰਨੇ ਕਿੰਨੇ ਫੁੱਟ ਪਾਣੀ ਇੱਥੇ ਆ ਗਿਆ ਜੀ? 10-10 ਫੁੱਟ ਆ ਗਿਆ। ਕਿਹੜੀ ਜਗ੍ਹਾ ਜੀ? ਚਾਂਦੀ ਵਾਲਾ। ਤੁਸੀਂ ਹੁਣ ਮੋਟਰਸਾਈਕਲ 'ਤੇ ਆ ਰਹੇ, ਪਾਣੀ ਦੀ ਸਪੀਡ ਬਹੁਤ ਤੇਜ਼ ਹੈ, ਅਤੇ ਕਿਵੇਂ ਕਰੇ ਜੇ ਬਾਈ ਚਾਂਸ ਮੋਟਰਸਾਈਕਲ ਵੀ ਤੁਹਾਡਾ ਸੰਭਾਲਿਆ ਨਹੀਂ ਆ ਰਿਹਾ? ਹਾਂਜੀ ਹਾਂਜੀ, ਜੇ ਤਾਂ ਮੋਟਰਸਾਈਕਲ ਰੋਡ ਗਿਆ, ਪਾਣੀ ਵਿੱਚ ਡਿੱਗ ਜਾਣੇ, ਅਤੇ ਹਾਂਜੀ ਬਹੁਤ ਵਾਹ। ਕਿਹੜਾ ਪਿੰਡ ਹੈ? ਆਪਣਾ ਚਾਂਦੀ ਵਾਲਾ। ਅਤੇ ਬੱਚੇ ਸਕੂਲਾਂ ਦੇ ਸਕੂਲ ਲੱਗੇ ਹੋਏ ਨੇ? ਹਾਂਜੀ ਹਾਂਜੀ, ਬੱਚੀ ਲੈਣ ਕੇ। ਬੱਚੀ ਲੈਣ ਕੇ ਹੁਣ ਇੱਥੇ ਹਾਲਾਤ ਅੱਗੇ, ਸੜਕ 'ਤੇ ਕਿਵੇਂ ਹਾਲਾਤ ਨੇ? ਹਾਲਾਤ ਬਹੁਤ ਮਾੜੇ ਆ। ਅਤੇ ਬਾਰਿਸ਼ ਵੀ ਟੁੱਟੀ ਹੋਈ ਆ, ਬਾਰਿਸ਼ ਉੱਤੋਂ ਪੈ ਰਹੀ ਆ, ਲਾਂਬਾ ਟਾਪਾ ਬਹੁਤ ਆ। ਕੀ ਨਾਂ ਤੁਹਾਡਾ ਜੀ? ਪਿੰਡ ਗੱਟੀ ਰਾਜੋ ਗੈਰੀਆ ਜੀ। ਇੱਥੇ ਬਹੁਤ ਜ਼ਿਆਦਾ ਪਾਣੀ ਵੱਧ ਚੁੱਕਾ ਜੀ, ਦੇਖੋ ਤੁਸੀਂ ਫਸਲਾਂ ਸਾਡੀਆਂ ਬਹੁਤ ਜ਼ਿਆਦਾ ਬਰਬਾਦ ਹੋਈ, ਘੱਟੋ ਘੱਟ ਜ਼ਿਆਦਾ ਨਹੀਂ 5-7 ਹਜ਼ਾਰ ਏਕੜ ਸਾਡੀ ਫਸਲ ਪਿੱਛੇ ਬਰਬਾਦ ਹੋ ਚੁੱਕੀ ਹੈ ਜੀ। ਪਿੰਡ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤਕਰੀਬਨ ਸਾਡੇ 2 ਬਸਤੀਆਂ। ਕਿੰਨੇ ਕੁ ਪਿੰਡ ਗਏ ਜਿਹੜੇ ਉਧਰ? ਪਿੰਡ ਕਿੰਨੇ ਕੁ ਉਧਰ ਗਏ? ਪਿੰਡ ਜੀ ਸਾਡਾ ਇੱਕ ਪੁਰਾਣੀ ਗੱਟੀ ਹੈ ਜੀ, ਪਿੱਛੇ ਸਾਡੀ ਨਵੀਂ ਗੱਟੀ ਆਉਂਦੀ ਹੈ ਜੀ। ਨਵੀਂ ਗੱਟੀ ਬਿਲਕੁਲ ਹੀ ਸਾਰੀ ਬਰਬਾਦ ਹੋ ਚੁੱਕੀ ਹੈ ਜੀ, ਉੱਥੇ ਪਾਣੀ ਬਹੁਤ ਜ਼ਿਆਦਾ ਪਾਣੀ ਹੈ ਜੀ। ਉੱਥੋਂ ਹੀ ਪਾਣੀ ਓਵਰਫਲੋ ਹੋ ਕੇ ਇੱਧਰ ਨੂੰ ਪਾਣੀ ਇਸ ਦਰਿਆ ਏਰੀਏ 'ਚ ਆਉਂਦਾ ਜੀ। ਅੱਗੇ ਤਾਂ ਹੈਗਾ ਨਹੀਂ ਸੀ ਇਸ ਦਰਿਆ 'ਚ ਪਾਣੀ? ਪਹਿਲਾਂ ਬਹੁਤ ਜ਼ਿਆਦਾ ਘੱਟ ਸੀਗਾ ਜੀ ਪਾਣੀ, ਕੱਲ੍ਹ ਦਾ ਪਾਣੀ ਬਹੁਤ ਜ਼ਿਆਦਾ ਵਧਿਆ ਜੀ ਇੱਥੇ ਪਾਣੀ। ਆ ਦੇਖੋ ਕਿੰਨੀ ਤੇਜ਼ੀ ਨਾਲ ਪਾਣੀ ਚੱਲ ਰਿਹਾ ਜੀ, ਬਹੁਤ ਫਾਸਟ ਪਾਣੀ ਹੈ ਜੀ ਇੱਥੇ। ਸਾਡਾ ਸਾਰੀ ਫਸਲਾਂ ਨੁਕਸਾਨ ਹੈ, ਮੱਝੀ ਦਾ ਚਾਰਾ ਨਹੀਂ ਸਾਡੇ ਕੋਲ ਹੈਗਾ, ਸਾਰਾ ਬਰਬਾਦ ਹੋ ਚੁੱਕਾ। ਪ੍ਰਸ਼ਾਸਨ ਦੇ ਕੋਈ ਇੰਤਜ਼ਾਮ ਨਹੀਂ ਕੀਤੇ ਇੱਥੇ? ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਸਾਨੂੰ ਆਰਡਰ ਨਹੀਂ ਦਿੱਤਾ, ਕਿਸੇ ਤਰ੍ਹਾਂ ਦੇ ਕੋਈ ਸਹਾਇਤਾ ਨਹੀਂ ਹਾਲੇ ਤੱਕ। ਇਹ ਜਿਹੜਾ ਪਾਣੀ ਕਿੱਧਰੋਂ ਜਾ ਰਿਹਾ ਹੁਣ? ਇਹ ਪਾਣੀ ਹੁਣ ਸੈਨੀ ਵਾਲਾ ਵਰਕ ਸਾਈਡ ਨੂੰ ਜਾ ਰਿਹਾ ਜੀ। ਜਿਹੜਾ ਕਿ ਬੰਨ ਕੱਲ ਜਿਹੜਾ ਬੰਨ ਲਾਇਆ ਇਹਨਾਂ ਨੇ, ਉਹਦਾ ਜੇ ਟੁੱਟ ਜਾਵੇ ਤਾਂ ਫਿਰ ਕੀ ਬਣੇ? ਉਹ ਪਾਣੀ ਜੇ ਉਧਰੋਂ ਵੀ ਬੰਨ, ਜੇ ਕੱਲ ਜੇ ਉੱਥੋਂ ਟੁੱਟਦਾ ਪਾਣੀ ਤਾਂ ਫਿਰ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਉੱਥੇ, ਐਡ ਦਾ ਵੀ ਨੁਕਸਾਨ ਹੋਣਾ ਸੀ, ਤਕਰੀਬਨ ਆ ਪਿੰਡ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਜੀ ਪਰਮਜੀਤ ਸਿੰਘ ਹੈ ਜੀ। ਗੱਟੀ ਰਾਜੋ ਦੇ ਕੀ ਮਾਹੌਲ ਹੁਣ ਪਾਣੀ ਦਾ? ਪਾਣੀ ਹੁਣ ਤਾਂ ਫਿਰ ਅੱਗੇ ਨਾਲੋਂ ਕੱਲ੍ਹ ਦਾ ਥੋੜ੍ਹਾ ਜਿਹਾ ਰਿਹਾ ਸੀਗਾ, ਤਾਂ ਅੱਜ ਫਿਰ ਥੋੜ੍ਹਾ ਜਿਹਾ ਬਦਲਣ ਲੱਗ ਗਿਆ। ਕਿਵੇਂ ਬਦਲਣ? ਬਾਰਿਸ਼ ਕਰਕੇ? ਕੁਛ ਬਾਰਿਸ਼ ਕਰਕੇ ਕੁਛ ਕਹਿਣ ਲੱਗੇ, ਪਿੱਛੋਂ ਪਾਣੀ ਹੋਰ ਛੱਡਿਆ ਗਿਆ। ਕੋਈ ਹਾਲਾਤ ਖਰਾਬ ਨੇ? ਹਾਂਜੀ ਹਾਲਾਤ ਖਰਾਬ ਨੇ, ਗਰੀਬ ਪਿੰਡਾਂ ਦਾ ਖਤਰਾ, ਇਹ ਸਾਰੇ ਪਿੰਡ ਦੇ ਲੋਕ ਖਬਾਲਾ ਹੈ। ਕਿਹੜੇ ਕਿਹੜੇ ਪਿੰਡਾਂ 'ਚ ਖਤਰਾ ਇਸ ਟਾਈਮ? ਇਸ ਟਾਈਮ ਸਾਡਾ ਪਿੰਡ ਟਿੰਡੀ ਵਾਲਾ ਹੋ ਗਿਆ, ਗੱਟੀ ਰਾਜੋ ਕੇ ਹੋ ਗਿਆ, ਹਜ਼ਾਰਾ ਹੋ ਗਿਆ। ਜੇ ਬਾਰਿਸ਼ ਨਹੀਂ ਰੁਕਦੀ? ਨਹੀਂ ਰੁਕਦੀ ਤਾਂ ਫਿਰ ਤਾਂ ਕੰਮ ਜ਼ਿਆਦਾ ਨੁਕਸਾਨ ਹੈ, ਬਾਰਿਸ਼ ਨਾਲ ਕੁਛ ਹੋਰ ਵਧਿਆ ਜਾ ਰਿਹਾ। ਪੱਠਾ ਨਹੀਂ ਰਹਿ ਗਿਆ, ਤੁਸੀਂ ਪੂਰੀ ਗਈ ਮਾੜੀ ਮੋਟੀ ਜਿਹੜੀ ਰੱਖੀ। ਤੁਸੀਂ ਕਿੱਥੇ ਰਹਿ ਰਹੇ ਇਸ ਟਾਈਮ? ਅਸੀਂ ਜੱਲੋ ਗਏ। ਤੇ ਉੱਥੇ ਪਾਣੀ ਹੈ? ਉਹਦੇ ਪਹਿਲੇ ਤਾਂ ਪਾਣੀ ਵਗਦਾ ਹੈ, ਫਿਰ ਕੱਲ ਦਾ ਖੋ ਗਿਆ। ਕੱਲ ਦਾ ਖੋ ਗਿਆ ਡੰਗਰ? ਫਿਰ ਡੰਗਰ ਦਾ ਹਾਂ ਜੀ ਨੇ ਖਾ ਗਈ ਰਹਿ। ਫਿਰ ਤੂੜੀ ਬਾਜ ਗਾੜੀ ਪਾਵੀ ਤੇ ਹੁੱਕੀ ਪ੍ਰਸ਼ਾਸਨ ਨੇ ਕੋਈ ਨੀ ਮਦਦ ਕਰ ਰਿਹਾ? ਕੁਛ ਨੀ, ਕੱਲ ਆਈ ਆ ਕਟਰਾ ਦੇ ਆਈ, ਉਹ ਹੱਦਾਂ ਦਾ 5-5 ਕਿਲੋ ਆਇਆ ਉਹਨੇ ਰਕਮ ਆ ਗਈ। ਫਿਰੋਜ਼ਪੁਰ ਤੋਂ ਬੌਬੀ ਖੁਰਾਣਾ ਦੀ ਰਿਪੋਰਟ, ਪੰਜਾਬ ਟੂਡੇ।